ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਵੀਡੀਓ ਮੈਂ ਬਣਾਉਣ ਜਾ ਰਿਹਾ ਇੱਕ ਅਲੱਗ ਜਿਹਾ ਟੋਪਿਕ 'ਤੇ। ਕਾਫੀ ਦਿਨਾਂ ਬਾਅਦ ਸ਼ਾਮ ਦੇ ਟਾਈਮ ਬਣਾਉਣ ਜਾ ਰਿਹਾ ਹਾਂ, ਕਿਉਂਕਿ ਪਿੱਛੇ ਜਿਹਾ ਮੌਸਮ ਸਹੀ ਵੀ ਨਹੀਂ ਸੀਗਾ ਅਤੇ ਮੇਰੇ ਕੋਲ ਵੀ ਟਾਈਮ ਨਹੀਂ ਸੀਗਾ। ਅੱਜ ਮੇਰੇ ਨਾਲ ਹੈਗੇ ਜੀ ਸੋਨੂੰ ਪਨੇਸਰ ਅਤੇ ਸਤਿ ਸ਼੍ਰੀ ਅਕਾਲ ਜੀ, ਮੈਂ ਬੱਬੂ ਪਨੇਸਰ ਹਾਂ ਜੀ। ਤੁਹਾਨੂੰ ਇਹਨਾਂ ਰੀਲਾਂ 'ਚ ਤੁਸੀਂ ਦੇਖਿਆ ਹੋਣਾ ਹੈ, ਕਾਫੀ ਮਸ਼ਹੂਰ ਇਹੋ ਹਸਤੀ ਹੈ, ਤੁਹਾਡੇ ਨਾਲੋਂ ਘੱਟ ਹੀ ਹੈ, ਕਾਫੀ ਮਸ਼ਹੂਰ ਹਸਤੀ ਹੈ, ਇਹਨਾਂ ਕਰਕੇ ਰੀਲਾਂ ਸਾਡੀਆਂ ਇਹਨਾਂ ਕਰਕੇ ਚੱਲ ਸੈਲੀਬ੍ਰਿਟੀ ਹੈ। ਠੀਕ ਹੈ ਠੀਕ ਹੈ, ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਗੱਲ ਇੱਦਾਂ ਹੈ ਵੀ ਜਿੱਦਾਂ ਨਾ ਪਹਿਲਾਂ ਤੁਹਾਨੂੰ ਜਿੱਦਾਂ ਪਹਿਲਾਂ ਕੁੜੀਆਂ ਨੂੰ ਸਿਖਾਉਂਦੇ ਹੋ, ਅੱਜ ਤੋਂ 25-30 ਸਾਲ ਪਹਿਲਾਂ ਸਿਖਾਉਂਦੇ ਹੁੰਦੇ ਸੀ ਵੀ ਤੁਸੀਂ ਨਾ ਕੰਮ ਸਿੱਖੋ ਘਰ ਦਾ, ਖਾਣਾ ਬਣਾਉਣ ਦਾ ਵਗੈਰਾ ਦਾ, ਅਤੇ ਤੁਹਾਡਾ ਮਤਲਬ ਅੱਗੇ ਜਦੋਂ ਵਿਆਹ ਕੇ ਜਾਣਗੀਆਂ ਤਾਂ ਉਹ ਕੰਮ ਆਏਗਾ, ਚਾਹੇ ਵਿਆਹ ਕੇ ਚਾਹੇ ਨੌਕਰੀ ਕਰਨਗੀਆਂ ਜੋ ਕੁਛ ਵੀ ਹੈ, ਇਹ ਜ਼ਿੰਦਗੀ 'ਚ ਹਮੇਸ਼ਾ ਕੰਮ ਆਏਗਾ। ਅੱਜ ਕੱਲ੍ਹ ਇਹ ਟ੍ਰੈਂਡ ਬਿਲਕੁਲ ਚੇਂਜ ਹੋ ਰਿਹਾ ਹੈ। ਹੁਣ ਮੁੰਡੇ ਵੀ ਬਾਹਰ ਜਾਂਦੇ ਆ ਤਾਂ ਉਹਨਾਂ ਨੂੰ ਖਾਣਾ ਆਪ ਬਣਾਉਣਾ ਪੈਂਦਾ ਹੈ, ਪਰ ਜ਼ਰੂਰੀ ਹੈ ਇਹ ਹੁਣ? ਹਾਂ ਜ਼ਰੂਰੀ ਹੈ, ਜਿੱਦਾਂ ਅਸੀਂ ਕੁੜੀਆਂ ਨੂੰ ਹਰ ਕੰਮ ਸਿਖਾਉਂਦੇ ਹਾਂ, ਅੱਜ ਦੇ ਜ਼ਮਾਨੇ 'ਚ ਉਹੀ ਕੰਮ ਮੁੰਡਿਆਂ ਨੂੰ ਵੀ ਆਉਣੇ ਚਾਹੀਦੇ ਆ, ਕਿਉਂਕਿ ਜਿੱਦਾਂ ਹੁਣ ਬੱਚੇ ਬਾਹਰ ਜਾਂਦੇ ਆ ਜਾਂ ਘਰ 'ਚ ਵੀ ਹੈ, ਜਿੱਦਾਂ ਹੁਣ ਅੱਜ ਕੱਲ੍ਹ ਉਹ ਜ਼ਮਾਨਾ ਨਹੀਂ ਹੈਗਾ ਕਿ ਕੁੜੀਆਂ ਹੀ ਘਰ ਦਾ ਕੰਮ ਕਰਨ, ਹੈਨਾ, ਕਿਉਂਕਿ ਕੁੜੀਆਂ ਵੀ ਪੜ੍ਹ ਲਿਖ ਕੇ ਅੱਗੇ ਜੌਬ ਕਰਦੀਆਂ ਆ, ਮੈਂ ਨਾ ਮੈਂ ਜਦ ਗਿਆ ਸੀਗਾ ਆਸਟ੍ਰੇਲੀਆ, ਮੈਂ ਇੱਥੋਂ ਸਿੱਖ ਕੇ ਨਹੀਂ ਗਿਆ ਸੀਗਾ, ਤੇ ਮੈਂ ਤੈਨੂੰ ਗੱਲ ਦੱਸੀ ਵੀ ਹੋਣੀ ਆ ਵੀ ਮੈਂ ਨਾ ਮਾੜ ਮੋਟੀਆਂ ਰੋਟੀਆਂ ਤਾਂ ਪਕਾਉਣੀਆਂ ਸਿੱਖ ਗਏ ਸੀਗੇ, ਕਿ ਸਾਡੇ ਨਾਲ ਇੱਕ ਦੋ ਮੁੰਡੇ ਸੀਗੇ ਜਿਹੜੇ ਜਾਣਦੇ ਸੀਗੇ, ਉਹਨਾਂ ਕੋਲ ਸਿੱਖ ਸੁੱਖ ਗਏ। ਫਿਰ ਇੱਕ ਵਾਰੀ ਕੱਦੂ ਬਣਾਉਣ ਲੱਗ ਪਏ ਸੀ, ਫਿਰ ਗੱਲ ਦੱਸੀ ਹੋਣੀ ਕੱਦੂ ਵਾਲੀ, ਕੱਦੂ ਸਾਨੂੰ ਲੱਭਿਆ ਸੀਗਾ ਖਰਬੂਜੇ ਤੋੜਦਿਆਂ ਨੂੰ, ਕੱਦੂ ਦੇ ਵਿੱਚ ਅਸੀਂ ਨਾ ਪਾਣੀ ਪਾ ਦਿੱਤਾ ਸੀਗਾ ਭਿੰਡੀਆਂ 'ਚ, ਕਹਿੰਦੇ ਹਾਂ ਤਰੀ ਵਾਲਾ ਕੱਦੂ ਬਣਾਉਣ ਲੱਗ ਪਏ ਸੀਗੇ। ਇਹ ਗੱਲਾਂ ਇੱਦਾਂ ਹੁੰਦੀਆਂ ਵੀ ਜਦ ਨਹੀਂ ਪਤਾ ਹੁੰਦਾ, ਕਈ ਵਾਰੀ ਕਹਿੰਦੇ ਵੀ ਕੁੜੀਆਂ ਵੀ ਭਿੰਡੀ ਵਾਲੀਆਂ ਤਰੀ ਵਾਲੀਆਂ ਭਿੰਡੀਆਂ ਬਣਾ ਲੈਂਦੀਆਂ, ਸਮਝਣਾ ਚਾਹੀਦਾ ਕਿ ਮੈਂ ਇਹ ਕੰਮ ਮਤਲਬ ਸਿੱਖਣਾ ਆ, ਜ਼ਰੂਰੀ ਜ਼ਿੰਦਗੀ ਦੇ ਵਿੱਚ ਜ਼ਰੂਰ ਕੰਮ ਆਉਣਾ ਆ, ਹਮੇਸ਼ਾ ਬਾਹਰੋਂ ਖਾਣਾ ਨਹੀਂ ਖਾ ਸਕਦਾ, ਮੇਰੇ ਵਰਗਾ ਨਿਆਣਾ ਹੋਣਾ ਚਾਹੀਦਾ, ਨਹੀਂ ਨਾਲੇ ਕਰੋ ਚਾਹੇ ਨਾ ਕਰੋ, ਤੁਸੀਂ ਉਹ ਅਲੱਗ ਗੱਲ ਹੈ ਕਿ ਤੁਸੀਂ ਚੰਗੀ ਜੌਬ ਤੇ ਲੱਗੇ ਆ, ਤੁਸੀਂ ਅੱਗੇ ਆਪਣੇ ਸਰਵੈਂਟ ਰੱਖ ਲਏ ਆ, ਖਾਣਾ ਬਣਾਉਣ ਲਈ ਵੀ ਰੱਖ ਲਏ ਆ, ਪਰ ਫਿਰ ਵੀ ਤੁਹਾਨੂੰ ਸਾਰਾ ਕੰਮ ਘਰ ਦਾ ਆਉਣਾ ਚਾਹੀਦਾ, ਬੇਸ਼ੱਕ ਤੁਸੀਂ ਸਰਵੈਂਟ ਰੱਖਿਓ ਆ, ਪਰ ਜਿਹੜਾ ਸਕੂਨ ਤੁਹਾਨੂੰ ਨਾ ਆਪ ਹੱਥੀਂ ਬਣਾ ਕੇ ਖਾਣਾ ਖਾਣ 'ਚ ਆਊਗਾ ਨਾ, ਉਹ ਤੁਹਾਨੂੰ ਕਿਸੇ ਹੋਰ ਦੇ ਹੱਥਾਂ ਦਾ ਖਾ ਕੇ ਨਹੀਂ ਆਊਗਾ, ਇਹ ਮਤਲਬ ਜ਼ਰੂਰੀ ਆ, ਅੱਜ ਕੱਲ੍ਹ ਦੇ ਜ਼ਮਾਨੇ 'ਚ ਮੁੰਡਿਆਂ ਲਈ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਕੁੜੀਆਂ ਲਈ। ਹਾਂ ਮੈਂ ਨਾ ਉਸ ਟਾਈਮ ਤੁਹਾਨੂੰ ਦੱਸਦਾ ਵੀ ਮੈਂ ਕੱਦੂ ਅਸੀਂ ਯਾਰ ਨਾਗਰਾ ਸੀਗੇ ਕੱਦੂ ਦੇ ਵਿੱਚ ਪਾਣੀ ਪਾ ਕੇ ਰੱਖ ਦਿੱਤਾ, ਉਹ ਸਾਡੇ ਕੋਲ ਜਿਹੜਾ ਨਾਲ ਰਹਿੰਦਾ ਸੀ ਇੱਕ ਬੰਦਾ ਹੋਰ ਹੋਰ ਕਮਰੇ ਮਤਲਬ ਉੱਥੇ ਕੈਰਵਨ ਹੁੰਦੇ ਸੀਗੇ ਪਿੱਕਰ ਹਾਊਸ, ਉਹਦੇ ਵਿੱਚ ਰਹਿੰਦਾ ਸੀ, ਉਹ ਆਇਆ ਜਦ ਉਹਨੇ ਦੇਖਿਆ ਤਾਂ ਉਹ ਕਹਿੰਦਾ ਉਹ ਸਾਨੂੰ ਖਿਜਿਆ ਉਹਨੇ, ਉਹ ਕਹਿੰਦਾ ਯਾਰ ਤੁਹਾਨੂੰ ਘਰਦਿਆਂ ਨੇ ਕੁਛ ਸਿਕਾਲ ਕੇ ਨਹੀਂ ਭੇਜਿਆ, ਹੈਂ ਨਹੀਂ, ਚੱਕਰ ਇਹ ਆ ਵੀ ਉਹ ਕਿੱਦਾਂ ਉਹ ਬੰਦਾ ਕਿੱਦਾਂ ਸਿੱਖਿਆ, ਉਹ ਸੀਗਾ ਡਰਾਈਵਰ ਇੱਥੇ ਟਰੱਕ ਡਰਾਈਵਰ ਸੀਗਾ,
ਉਹ ਆਸਟ੍ਰੇਲੀਆ ਚਲੇ ਗਿਆ ਕਿਸੇ ਜ਼ਮਾਨੇ ਦੇ ਵਿੱਚ, ਉੱਥੇ ਪੱਕਾ ਹੋਣਾ ਸੀਗਾ, ਉਹਦਾ ਕੇਸ ਚੱਲਦਾ ਸੀਗਾ। ਪਰ ਉਹਨੂੰ ਨਾ ਫਿਰ ਉਹ ਸਾਨੂੰ ਚੰਗਾ ਉਹਨੇ ਜੀ ਸਾਨੂੰ ਮਤਲਬ ਸਾਨੂੰ ਬਹੁਤ ਇੱਦਾਂ ਕਿਹਾ, ਕਹਿੰਦਾ ਤੁਹਾਨੂੰ ਸਿਖਾ ਲਿਆ ਨਹੀਂ, ਅਸੀਂ ਕਿੱਥੇ ਸਿੱਖ ਕੇ ਆਏ ਭਰਾਵਾ। ਫਿਰ ਉਹਨੇ ਸਾਨੂੰ ਸਿਖਾ ਲਿਆ ਵੀ ਆਹ ਆਹ ਸਬਜ਼ੀਆਂ 'ਚ ਪਾਣੀ ਨਹੀਂ ਪੈਣਾ। ਜਦੋਂ ਤੁਸੀਂ ਗਏ ਸੀ ਉਦੋਂ ਫਿਰ ਵੀ ਘੱਟ ਜਾਂਦੇ ਸੀਗੇ ਬੱਚੇ, ਉਦੋਂ ਨਹੀਂ ਪਤਾ ਸੀ, ਪੇਰੈਂਟਸ ਨੂੰ ਵੀ ਨਹੀਂ ਇੰਨਾ ਪਤਾ ਸੀਗਾ ਵੀ ਉੱਥੇ ਜਾ ਕੇ ਇੱਦਾਂ ਹੁੰਦੀ ਆ, ਹੈ ਨਾ, ਨਹੀਂ ਪਤਾ ਸੀ ਇੰਨਾ। ਹਰੇਕ ਬੱਚੇ ਨੂੰ ਸਿੱਖਣਾ ਚਾਹੀਦਾ। ਹੁਣ ਬਈ ਦੇਖ ਲਓ ਵੀ ਜਿਹੜੇ ਬੱਚੇ ਬਾਹਰ, ਚਾਹੇ ਬਾਹਰ ਜਾਣਾ ਹੈ ਚਾਹੇ ਨਹੀਂ ਵੀ ਬਾਹਰ ਜਾਣਾ, ਤੁਸੀਂ ਇੱਥੇ ਵੀ ਰਹਿਣਾ ਹੈ ਤਾਂ ਵੀ, ਜੇਕਰ ਬੇਸ਼ੱਕ ਤੁਹਾਡੇ ਬੇਟਾ ਹੈ ਚਾਹੇ ਬੇਟੀ ਹੈ, ਤੁਹਾਨੂੰ ਦੋਨਾਂ ਨੂੰ ਨਾ ਘਰ ਦੇ ਕੰਮ ਜ਼ਰੂਰ ਸਿਖਾਉਣੇ ਚਾਹੀਦੇ। ਬੱਚੇ ਇੱਥੇ ਵੀ ਹੈ ਤਾਂ ਵੀ, ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਅੱਜ ਕੱਲ੍ਹ ਸਾਰੇ ਬੱਚੇ, ਕੁੜੀਆਂ ਵੀ ਮੁੰਡੇ ਵੀ ਜੋਬ ਕਰਦੇ ਆ, ਫਿਰ ਜਦੋਂ ਹੁਣ ਕੁੜੀਆਂ ਨੇ ਵੀ ਜੋਬ ਕਰਨੀ ਹੁੰਦੀ ਆ, ਘਰ ਤਾਂ ਦੋਨਾਂ ਨੇ ਸੰਭਾਲਣਾ ਹੁੰਦਾ, ਫਿਰ ਦੋਨਾਂ ਨੂੰ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ, ਉਹ ਵਧੀਆ ਗੱਲ ਹੈ। ਇਹ ਕੋਈ ਏਦਾਂ ਨਹੀਂ ਹੈ ਉਹੀ ਕਿ ਮੈਂਟੈਲਿਟੀ ਸੰਗ ਸ਼ਰਮ ਵਾਲੀ ਕੋਈ ਗੱਲ ਨਹੀਂ, ਸੰਗ ਸ਼ਰਮ ਵਾਲੀ ਕੋਈ ਗੱਲ ਨਹੀਂ, ਕਿ ਕੁੜੀਆਂ ਦਾ ਹੈ ਇੱਕ ਝਾੜੂ ਕੁੜੀਆਂ ਹੀ ਖੇਡੂਗੀਆਂ, ਹੁਣ ਕੁੜੀਆਂ ਮੁੰਡਿਆਂ ਵਾਲੇ ਕੰਮ ਕਰਨ ਲੱਗ ਪਈਆਂ, ਕੁੜੀਆਂ ਮੁੰਡਿਆਂ ਵਾਲੇ ਸਾਰੇ ਕੰਮ ਕਰਦੀਆਂ ਐ, ਤੇ ਉਹ ਸਾਨੂੰ ਪ੍ਰਾਊਡ ਫੀਲ ਹੁੰਦਾ ਜਦੋਂ ਕੁੜੀਆਂ ਮੁੰਡਿਆਂ ਵਾਲੇ ਕੰਮ ਕਰਦੀਆਂ, ਤੇ ਜੇ ਮੁੰਡੇ ਕੁੜੀਆਂ ਵਾਲੇ ਕੰਮ ਕਰ ਲਓਗੇ, ਕੁੜੀਆਂ ਵਾਲੇ ਕੰਮ ਕੁਕਿੰਗ ਵਾਲੇ ਕਰ ਸਕਦੇ ਹੋ, ਉਹੀ ਨਾ ਕੁਕਿੰਗ ਵਾਲੇ ਹੀ, ਉਹੀ ਮੈਂ ਗੱਲ ਕਰਦੀ। ਹੁਣ ਨਾ ਵੀਡੀਓ ਦਾ ਅਸੀਂ ਐਂਡ ਕਰਾਂਗੇ। ਦੇਖੋ ਜ਼ਿੰਦਗੀ ਦੇ ਵਿੱਚ ਨਾ ਅੱਜ ਕੱਲ੍ਹ ਹਰੇਕ ਕੰਮ ਤੁਹਾਨੂੰ ਸਿੱਖਣਾ, ਹਰੇਕ ਕੰਮ ਸਿੱਖੋ, ਬਹੁਤ ਜ਼ਰੂਰੀ ਹੈ। ਅਤੇ ਜੇ ਤੁਸੀਂ ਨਾ ਕੁਕਿੰਗ ਵਾਲਾ ਸਿੱਖਣਾ ਚਾਹੁੰਦੇ ਹੈ, ਦੇਖਣਾ ਵੀ ਕਿਹੜੀ ਡਿਸ਼ ਕਿਹੜੀ ਬਣਾਉਣੀ, ਤਾਂ ਇਹਨਾਂ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ, ਫੋਲੋ ਕਰ ਦਿਓ ਫੇਸਬੁੱਕ, ਯੂਟਿਊਬ, ਯੂਟਿਊਬ ਕੈਮਰਾਮੈਨ ਨੂੰ ਬੋਲਣਾ ਨਹੀਂ ਚਾਹੀਦਾ ਵਿੱਚ, ਹਾਂ ਦੋ ਮਿੰਟ, ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ, ਸਾਰੀ ਜਗ੍ਹਾ ਸੋਨੂ ਪਨੇਸਰ ਜੈੱਡ ਮੈਂ ਥੱਲੇ ਲਿਖ ਦਿੱਤਾ ਹੈ, ਚੈਨਲ ਕਰ ਲਿਓ। ਬਾਕੀ ਗੱਲਾਂ ਬਾਤਾਂ ਸੁਣਨੀਆਂ ਤਾਂ ਮੇਰਾ ਚੈਨਲ ਸਾਰੇ ਕਰ ਸਕਦੇ ਆ, ਮੈਂ ਗੱਲਾਂ ਬਾਤਾਂ ਹੀ ਕਰ ਸਕਦਾ, ਹੋਰ ਤਾਂ ਮੈਂ ਕੁਛ ਨਹੀਂ ਕਰ ਸਕਦਾ। ਠੀਕ ਹੈ ਜੀ, ਅਤੇ ਮਿਲਦੇ ਹਾਂ ਅਗਲੀ ਕਿਸੇ ਵੀਡੀਓ 'ਚ, ਦੇਖਾਂਗੇ ਅੱਗੇ ਕਿਤੇ ਗੱਲਬਾਤ ਕੋਈ ਟੋਪਿਕ ਲੱਭਿਆ, ਅਤੇ ਕੈਮਰਾ ਸਿੱਧਾ ਰੱਖੀਦਾ ਹੁੰਦਾ, ਠੀਕ ਹੈ। ਇਹ ਕੰਮ ਸਿੱਖਣਾ ਕੁੜੀਆਂ ਦੇ ਕੰਮ ਹੈ ਕੈਮਰਾ, ਹਾਂ ਮੇਰੀ ਬੇਟੀ, ਮੇਰੀ ਨਾ ਬੇਟੀ ਬਣਾ ਰਹੀ ਹੈ ਵੀਡੀਓ, ਹਲਾਈ ਜਾ ਰਹੀ ਹੈ, ਤੈਨੂੰ ਮੈਂ ਸਿਖਾਲੂੰਗਾ ਕੰਮ, ਠੀਕ ਹੈ, ਮੈਨੂੰ ਆਉਂਦਾ ਆ, ਆਉਂਦਾ ਆ, ਠੀਕ ਹੈ। ਚਲੋ ਜੀ, ਇਹ ਮਿਲਦੇ ਹਾਂ ਅਗਲੀ ਵੀਡੀਓ 'ਚ, ਰੱਬ ਰੱਖਾ ਜੀ, ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਇਆ ਕੈਮਰਾਮੈਨ ਜਾਂਦਾ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅੜਚਾ ਮੈਨੂੰ ਕਰ, ਵੀਡੀਓ ਬਣਾ ਲੈਂਦੇ, ਨਹੀਂ 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 ਮੈਂ ਆਪੇ ਬਣਾ ਲੈਣੀ ਯਾਰ। ਹੈਲੋ ਜੀ, ਮੈਂ ਕੈਮਰਾਮੈਨ ਹਾਂ, ਸਤਿ ਸ਼੍ਰੀ ਅਕਾਲ, ਚੁੱਪ ਹੋ ਜਾ, ਅੱਛਾ ਤੂੰ ਨਾ ਬੁਲਾ, ਪੁੱਤ ਹੁਣ ਮੁਕਾ ਲੈਣ ਦੀ ਵੀਡੀਓ, ਅੱਛਾ ਅੱਛਾ ਬਫੇ ਬੰਦ ਹੋ ਜਾ, ਚੁੱਪ ਹੋ ਜਾ ਯਾਰ, ਅੱਛਾ ਅੱਛਾ।